ਤੁਸੀਂ ਸੀਸੀਟੀਵੀ 'ਚ ਕੈਦ ਹੋਈਆਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਕਈ ਵਾਰ ਦੇਖੀਆਂ ਹੋਣਗੀਆਂ, ਪਰ ਹੁਣ ਅੰਮ੍ਰਿਤਸਰ ਦੇ ਝਵਾਲੇ ਇਲਾਕੇ 'ਚ ਚੋਰੀ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੇ ਮੱਲੋ ਮੱਲੀ ਜ਼ੁਬਾਨ 'ਤੇ ਇਹ ਕਹਾਵਤ ਆਵੇਗੀ, ਜੈਸੀ ਕਰਨੀ ਵੈਸੀ ਭਰਨੀ। ਉਹ ਇਸ ਲਈ ਕਿਉਂਕਿ ਘਰ ਅੰਦਰ ਚੋਰੀ ਕਰਨ ਗਏ ਚੋਰ ਨਾਲ ਅਜਿਹਾ ਭਾਣਾ ਵਰਤਿਆ ਕਿ ਉਸਨੇ ਚੋਰੀ ਤਾਂ ਕਰ ਲਈ ਪਰ ਘਰ ਅੰਦਰੋਂ ਬਾਹਰ ਨਹੀਂ ਆ ਸਕਿਆ। ਚੋਰ ਨਾਲ ਅਜਿਹਾ ਕੀ ਹੋਇਆ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਉਸਦੇ ਪਹਿਲਾਂ ਤੁਸੀਂ ਇੱਕ ਵਾਰ ਸੀਸੀਟੀਵੀ 'ਚ ਕੈਦ ਹੋਈ ਚੋਰੀ ਦੀ ਇਹ ਲਾਈਵ ਬਣੀ ਵੀਡੀਓ ਦੇਖੋ। ਜਾਣਕਾਰੀ ਮੁਤਾਬਕ ਚੋਰ ਨੇ ਪੌੜੀ ਰਾਹੀਂ ਘਰ 'ਚ ਦਾਖਲ ਹੋ ਕੇ ਚੋਰੀ ਤਾਂ ਕਰ ਲਈ, ਪਰ ਜਦੋਂ ਚੋਰੀ ਦੇ ਸਮਾਨ ਨਾਲ ਬਾਹਰ ਨਿਕਲਣ ਲੱਗਿਆ ਤਾਂ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਚੋਰ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ। ਜਿਹੜਾ ਮਾਮਲਾ ਹੋਇਆ ਸੀ ਸਵੇਰੇ, ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉੱਥੇ ਬੰਦਾ ਜਿਹੜਾ ਵਾ ਥੱਲੇ ਡਿੱਗਾ ਪਿਆ ਵਾ ਅਤੇ ਖੂਨ ਵਗ ਰਿਹਾ। ਜੋ ਵੈਰੀਫਾਈ ਕੀਤਾ ਕਿ ਫੈਕਟਰੀ 'ਚੋਂ ਉਹਨੇ ਪਹਿਲਾਂ ਚੋਰੀ ਕੀਤੀ ਸੀ 2 ਮੋਬਾਈਲ, ਜੋ ਮੌਕੇ 'ਤੇ ਰਿਕਵਰ ਹੋ ਗਏ ਸੀ। ਇਹ ਕਿਤੇ ਛਾਲ ਮਾਰਨ ਵਕਤੇ ਦਾ ਕਿਤੇ ਪੈਰ ਅੜ ਗਿਆ, ਉਹ ਤੋਂ ਇਹ ਥੱਲੇ ਡਿੱਗ ਗਿਆ ਵਾ ਸਿਰ ਦੇ ਭਾਰ, ਅਤੇ ਇਹਦੀ ਮੌਤ ਹੋ ਗਈ ਆ। ਫਿਰ ਵੀ ਦੋਵਾਂ ਦੇ ਬਿਆਨਾਂ 'ਤੇ ਵੇਖਦੇ ਹਾਂ, ਕਾਰਵਾਈ ਕਰ ਰਹੇ ਹਾਂ ਜੀ। ਇਹ ਪ੍ਰਗਟ ਸਿੰਘ ਆ, ਏਲੀਅਸ ਬੱਗਾ, ਇਹ ਵੱਡੇ ਹਰੀਪੁਰੇ ਦਾ ਰਹਿੰਦਾ ਆਪਣੇ ਸੌ ਪੇਕੇ ਪਰਿਵਾਰ ਨੂੰ। ਇਹ ਕੋਠੇ ਤੋਂ ਛਾਲ ਮਾਰਨ ਲੱਗਾ, ਜਦੋਂ ਮੈਡੀਕਲ ਰਿਪੋਰਟ ਆਏਗੀ ਉਹਦੇ ਸੁਬੇ ਵਾਸਤੇ ਪਤਾ ਲੱਗੇਗਾ ਕਿ ਇਹ ਛਾਲ ਮਾਰਨ ਪੈਰ ਉਹਨਾਂ ਨਾਲ ਡਿੱਗਾ ਜਾਂ ਬਿਜਲੀ ਦੇ ਤਾਰਾਂ ਨਾਲ, ਕਿਉਂਕਿ ਲਾਗੇ ਤੇ ਹਾਈ ਵੋਲਟੇਜ ਦੀਆਂ ਤਾਰਾਂ ਵੀ ਜਾ ਰਹੀਆਂ ਸੀ। ਸੀਸੀਟੀਵੀ ਕੈਮਰੇ ਸਾਹਮਣੇ ਆਏ ਨੇ, ਚੋਰੀ ਕਰਦਾ ਵੀ ਨਜ਼ਰ ਆਇਆ ਵਾ, ਅਤੇ ਸਿਰਫ ਇਹ ਆਪਣਾ ਕੰਧ ਤੋਂ ਟੱਪਣ ਕਰਕੇ ਡਿੱਗਣ ਕਰਕੇ ਇਹਦੀ ਮੌਤ ਹੋ ਗਈ ਹੈ। ਇਕੱਲਾ ਹੀ ਸੀ, ਹੋਰ ਕੋਈ ਨਹੀਂ। ਵੀਡੀਓ ਜਿਹੜੇ ਵੈਰੀਫਾਈ ਕਰਨ 'ਚ ਇਕੱਲਾ ਹੀ ਸੀ। ਪਰਿਵਾਰ ਵਾਲੇ ਨਾਲ ਹੋਈ ਗੱਲ, ਅਤੇ ਅੱਗੇ ਕਾਰਵਾਈ ਚੱਲ ਰਹੀ ਹੈ, ਜੋ ਹੋਏਗੀ ਤੁਹਾਨੂੰ ਦੱਸ ਦਾਂ। ਕਿਉਂਕਿ ਹੁਣ ਡੈਥ ਹੋ ਗਈ ਆ, ਜੇ ਜਿੰਦਾ ਹੁੰਦਾ ਤਾਂ ਪਤਾ ਕਰ ਲੈਣਾ ਸੀ ਆਪਾਂ। ਵੈਰੀਫਾਈ ਕਰ ਰਹੇ ਹਾਂ, ਨਹੀਂ ਉਹਨਾਂ ਨੇ ਦੱਸ ਕੁਛ ਨਹੀਂ ਦੱਸਦੇ। ਇਹ ਵੀਡੀਓ ਉਹਨਾਂ ਚੋਰਾਂ ਲਈ ਸਬਕ ਹੈ ਕਿ ਆਪਣੇ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਨ ਤੋਂ ਪਹਿਲਾਂ 100 ਵਾਰ ਸੋਚ ਲਵੋ, ਨਹੀਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਨੇ, ਤੇ ਇਸ ਚੋਰ ਵਾਂਗ ਜਾਨ ਤੋਂ ਹੱਥ ਵੀ ਧੋਣਾ ਪੈ ਸਕਦਾ। ਅੰਮ੍ਰਿਤਸਰ ਤੋਂ ਰੋਜ਼ਾਨਾ ਟਾਈਮਸ ਲਈ ਜਤਿਨ ਕੁਮਾਰ ਦੀ ਰਿਪੋਰਟ।